ਸਿਰਫ ਪਿਓ ਨਹੀਂ ਖਾਲੀ ਪਾਇਆ ਉਹਨਾਂ ਨੂੰ ਪਿਆਰ ਸਿਰ ਕਰਦਾ ਜਿਨ੍ਹਾਂ ਦੇ ਸਾਥ ਮਿਜਾਜ ਕਿਸੇ ਨਾਲ ਠੀਕ ਹੈ ਜਿਨ੍ਹਾਂ ਦੀ ਗਲਤੀ ਉਹਨਾਂ ਨੂੰ ਕਰੋ ਮੇਰੀ ਮਾਂ ਨੇ ਤੁਹਾਡਾ ਕੀ ਵਿਗਾੜਿਆ ਸੀ ਮੇਰੀ ਮਾਂ ਨੇ ਤੁਹਾਨੂੰ ਕੀ ਆਪਣੇ ਬੱਚਿਆਂ ਨੂੰ ਰੋਟੀ ਦੇਣਾ ਸੀ ਇਹ ਗਲਤੀ ਸੀ ਮੇਰੀ ਮਾਂ ਦੀ ਪੁਲਿਸ ਦੀ ਵਰਦੀਆਂ ਬਾਜੀ ਲੋਕਾਂ ਨੂੰ ਤੋਂ ਦੱਸਿਆ ਜਿਨ੍ਹਾਂ ਨੂੰ ਦੱਸਦੇ ਉਹਨਾਂ ਨੂੰ ਤੁਸੀਂ ਤਲਵੇ ਚੱਟ ਦਿਓ ਵੱਡੇ ਵੱਡੇ ਲੋਕੀ ਨੋਟ ਚੜ੍ਹਨ ਉਹਨਾਂ ਲਈ ਨਾ ਛੱਡੂ ਪਲਾ ਕਰਦੇ ਜਿਹੜੇ ਗਰੀਬ ਹੈ ਉਹਨਾਂ ਲਈ ਕੋਈ ਹੋ ਨਹੀਂ ਹੈ ਉਹਨਾਂ ਕੇ ਕੋਈ ਨਹੀਂ ਹੈ ਕਿ ਨਹੀਂ ਵੀ ਇਹ ਗਰੀਬ ਨੇ ਕੁਛ ਨਹੀਂ ਕਰ ਸਕਦੇ ਅਮੀਰ ਤੁਹਾਡੇ ਜੇਬਾਂ 'ਚ ਨੋਟ ਮੰਗੇ ਤੇ ਹਾਰੀ ਉਹਨਾਂ ਦੇ ਹੋਏ ਉਹ ਪਿੰਡ ਲੈ ਕੇ 2 ਮਿੰਟ 'ਚ ਵਾਪਸ ਲਿਆ ਉਹ ਠੀਕ ਹੈ ਉਹਨਾਂ ਨੂੰ ਲੱਗੀ ਦੀ ਚਲੋ ਚਲੋ ਜੀ ਪੁਲਿਸ ਵਾਲੇ ਇਹ ਨਹੀਂ ਪਤਾ ਚੱਚਾ ਨਾਲ ਕਿਸ ਤਰ੍ਹਾਂ ਕਰਦਾ ਭਲੇ ਖੋਤੇ ਹੋ ਗਏ ਤੁਸੀਂ ਜਿਹੜੇ ਘਰ ਦੇ ਆ ਉਹਨਾਂ ਨੂੰ ਉਹਨਾਂ ਪਰ ਹੱਥ ਪਾਈ ਕਰੋ ਤੁਸੀਂ ਮੇਰੀ ਬਾਣ ਨੂੰ ਇਹਨਾਂ ਨੇ ਇੰਨਾ ਬਾਰੇ ਆਦਰ ਕੀਤਾ ਇਹ ਪੁਲਿਸ ਆ ਆੜੇ ਦੇ ਪੁਲਿਸ ਨਾਲ ਇੰਨਾ ਤੇ ਕਰੋ ਕਿ ਘਰ ਦੇ ਆਏ ਉਹਨਾਂ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ ਘਰ ਦੇ ਆਣ ਰੋਟੀ ਦੇ ਤੇ ਥੋੜਾ ਨਾ ਕਿ ਤੁਸੀਂ ਉਹਨਾਂ ਨੂੰ ਮਾਰਨ ਲੱਗ ਜਾਓ ਮੇਰੀ ਬਾਣ ਨੂੰ ਕੁਛ ਹੋਇਆ ਨਾ ਹੱਥ ਤੇ ਦੇਖਿਆ ਜਾਏਗਾ ਫਿਰ ਪੁਲਿਸ ਵਾਲੇ ਹੋ ਗਏ ਤੁਸੀਂ ਡਰਦੀ ਨਹੀਂ ਹੈ ਮੈਂ ਪੁਲਿਸ ਵਾਲੇ ਕੋਲ ਮੇਰੀ ਬਾਣ ਨੂੰ ਫੜ ਕੇ ਅੰਦਰ ਕੀਤਾ ਨਾ ਬਿਨਾਂ ਗਲਤੀ ਤੋਂ ਮੈਨੂੰ ਵੀ ਲੈ ਜਾਓ ਮੈਂ ਡਰਦੀ ਨਹੀਂ ਧਮਕੀ ਆਣਾ ਦਿਓ ਕਿ ਪੁਲਿਸ ਵਾਲੇ ਥੱਪੜ ਮਾਰਨਗੇ ਇਹ ਕਰਨਗੇ ਜਿਨ੍ਹਾਂ ਦੀ ਕੋਈ ਜਿਨ੍ਹਾਂ ਦੀ ਗਲਤੀ ਹੈ ਫੋਨ ਕਰਦੇ ਨਾ ਆ ਜੀ ਆ ਜਾਓ ਉਹਨਾਂ ਨੇ 2 ਪੈਸੇ ਚੜਾਏ ਨੇ ਤੇ ਬਸ ਉਹਨਾਂ ਦੀ ਗੱਲਾਂ ਸੁਣਨੀਆਂ ਜਾਓ ਉਹਨਾਂ ਨੂੰ ਵੀ ਫੜੋ ਹੋ ਜਾਗੇ ਤਾਂ ਪਰ ਕੀ ਜਾ ਕੇ ਉਹਨਾਂ ਦੇ ਚੈੱਕ ਕਰੋ ਉਹਨਾਂ ਦੇ ਟ੍ਰੀਟਮੈਂਟ ਕਰਾਓ ਉਹਨਾਂ ਨੂੰ ਪਤਾ ਵੀ ਚੱਲੇ ਤੁਹਾਨੂੰ ਕਿ ਉਹ ਕਿੰਨੇ ਨਸ਼ੇ ਕਰਦੇ ਨੇ ਜਾਂ ਜੜ ਤੋਂ ਫੜੋ ਨਾ ਨਿੱਕੇ ਨਿੱਕੇ ਬੱਚਿਆਂ ਨੂੰ ਚੁੱਕ ਦਿਓ ਜਿਹੜੇ ਐਡੇ ਐਡੇ ਜਿਨ੍ਹਾਂ ਨੇ ਨਸ਼ੇ ਕਰਾਣਾ ਤਾਂ ਉਹਨਾਂ ਨੂੰ ਲਿਆਓ ਹਾਂ ਘੇਰਾ ਦੇ ਕੋਈ ਘਰ ਦਾ ਇਹ ਬੋਲਿਆ ਚਲੋ ਉਹਨਾਂ ਨੂੰ ਥੱਪੜ ਮਾਰੋ ਅੰਦਰ ਕਰੋ ਚੁੱਪ ਕਰਕੇ ਅਗਰ ਕੋਈ ਗਰੀਬ ਹੋਏ ਤਾਂ ਤੁਸੀਂ ਸ਼ਾਂਤ ਕਰਾ ਦਿਓ ਮੀਰ ਤੁਹਾਡੇ ਅੱਗੇ 2 ਪੈਸੇ ਚਾੜੋ ਤਾਂ ਤੁਸੀਂ ਉਹਨਾਂ ਦੇ ਤਲਵੇ ਚੁੱਟੋ ਪੁਲਿਸ ਵਾਲੇ ਆਏ ਸਰ ਮੇਰਾ ਭਰਾ ਠੀਕ ਹੈ ਆਪਣੇ ਮਾਮੇ ਘਰ ਗਿਆ ਅਸੀਂ ਪਹਿਲੇ ਵੀ ਸਾਰੇ ਜਾਂਦੇ ਸੀ ਮਾਮੇ ਘਰ ਜਦੋਂ ਦੀ ਮੇਰੀ ਨਾਨੀ ਦੀ ਡੈਥ ਹੋਈ ਤੇ ਉਹ ਨਹੀਂ ਆਉਂਦੇ ਨੇ ਅੱਪੂ ਉੱਥੇ ਨਸ਼ੇ ਕਰਾਉਂਦੇ ਸਾਨੂੰ ਕਹਿੰਦੇ ਨਾ ਮੇਰੀ ਮੰਮੀ ਆਏ ਨਾ ਮੇਰੀ ਮਾਸੀਆਂ ਨਾ ਸਾਡੇ ਘਰ ਦਾ ਕੋਈ ਨਾ ਆਵੇ ਕੱਲ ਮੇਰਾ ਭਰਾ ਉੱਥੇ ਗਿਆ ਬਸ ਇਹਨਾਂ ਨੇ ਕੰਪਲੇਨ ਕਰਾਤੀ ਇਹ ਨਸ਼ੇ ਕਰਦੇ ਨਹੀਂ ਇੱਥੇ ਆ ਕੇ ਮਾਰ ਕਟਾਈ ਕਰਦੇ ਆ ਬਸ ਉਹ ਮੇਰੀ ਮੰਮੀ ਆਏ ਅੱਜ ਠੀਕ ਹੈ ਮੰਨਿਆ ਕਿ ਮੈਂ ਅਗਰ ਤੁਸੀਂ ਉਹਨਾਂ ਨੂੰ ਲਿਆਂਦਾ ਤੁਸੀਂ ਉਹਨਾਂ ਨੂੰ ਮਾਰੋ ਵੀ ਅਗਰ ਉਹਨਾਂ ਦੀ ਗਲਤੀ ਮੈਂ ਨਹੀਂ ਬਦਲੀ ਕਿ ਮੇਰੀ ਮਾਂ ਦੀ ਕੀ ਗਲਤੀ ਹੈ ਤੁਸੀਂ ਉਹਨੂੰ ਸੰਜੀਵਨੀ ਮੈਡਮ ਨੇ ਕਿਉਂ ਮਾਰਿਆ ਜਾਂ ਤੇ ਮੇਰੀ ਮਾਂ ਦਾ ਨਾਂ ਲਿਖੇ ਦਾ ਤਾਂ ਮੈਂ ਮੰਨਾਂ ਕਿ ਮੇਰੀ ਮਾਂ ਨੂੰ ਤੁਸੀਂ ਮਾਰਿਆ ਮੇਰੀ ਮਾਂ ਨੂੰ ਬਾਲਾਂ ਤੋਂ ਫੜ ਕੇ ਉਹਨਾਂ ਨੇ ਇੰਨੀ ਜ਼ੋਰ ਦੀ ਸੁੱਟਿਆ ਇੰਨਾ ਮਾਰਿਆ ਉਹਨਾਂ ਦੇ ਬੀਪੀਆ ਹੀ ਹੋ ਗਏ ਹਸਪੀਟਲ ਲੈ ਕੇ ਗਏ ਮੈਂ ਤਾਂ ਪੈਦਲ ਗਈ ਕਾਲੀ ਬੜੀ ਹਸਪੀਟਲ ਲੇਕਿਨ 2 ਮਿੰਟ ਉਹਨਾਂ ਨੇ ਖਾਲੀ ਐਵੇਂ ਐਵੇਂ ਜਿਹੜੇ ਫਾਹ ਵੱਢਣ ਵਾਲੀ ਗੱਲ ਕੀਤੀ ਨਾ ਮੈਂ ਬੋਲਿਆ ਮੇਰੀ ਮੰਮੀ ਦੀ ਸਿਹਤ ਠੀਕ ਨਹੀਂ ਉਹਨਾਂ ਦੀ ਜੀਭ ਥੱਥ ਲੱਗ ਗਈ ਉਹਨਾਂ ਕੋਲ ਬੋਲਿਆ ਨਹੀਂ ਗਿਆ ਇਹਨਾਂ ਨੇ ਚੁੱਕਿਆ ਨਹੀਂ ਨਹੀਂ ਜੀ ਚਲੋ ਚਲੋ ਚੁੱਕ ਕੇ ਇੱਥੇ ਲਿਆਏ ਜਿਲੇ ਮੈਂ ਆਈ ਤੁਸੀਂ ਬਦਤਮੀਜ਼ ਹੋ ਤੁਸੀਂ ਬੋਲਦੇ ਹੋ ਕਿਉਂ ਗਰੀਬ ਇਨਸਾਨ ਨੂੰ ਬੋਲਣ ਦਾ ਕੋਈ ਹੱਕ ਨਹੀਂ ਜਿਹੜੇ ਤੁਹਾਨੂੰ ਫੋਨ ਕਰਨ ਨਸ਼ੇੜੀ ਜਾ ਫੜੋ ਉਹਨਾਂ ਨੂੰ ਜਿਨ੍ਹਾਂ ਪਰ ਇੰਨੇ ਇੰਨੇ ਕੇਸ ਚੱਲਦੇ ਪਏ ਸਮੈਲ ਦੇ ਜਿੱਬੂ ਫੜੋ ਲਾਰਾ ਫੜੋ ਜਾ ਜਿੱਬੂ ਪਰ ਕਿੰਨੇ ਕੇਸ ਉਹਨਾਂ ਦੇ ਤਾਂ ਤੁਸੀਂ ਐਡੇ ਐਡੇ ਫੋਨ ਕਰਨ ਤਾਂ ਝੱਟ ਉਹਨਾਂ ਨੇ ਜਿਨ੍ਹਾਂ ਨੇ ਨਸ਼ੇ ਸਕਾਏ ਉਹਨਾਂ ਨੂੰ ਨਹੀਂ ਫੜਦੇ ਤੇ ਲੇਕਿਨ ਜਿਨ੍ਹਾਂ ਨੇ ਨਸ਼ੇ ਇਹਨਾਂ ਨੇ ਦੇਖਿਆ ਕਿ ਹੁਣ ਉਹਨਾਂ ਨੇ ਲਵਾ ਤੇ ਉਹ ਨਿੱਕਿਆਂ ਨਿੱਕਿਆਂ ਨੇ ਫੜਦੇ ਤੁਸੀਂ ਜੜ ਨੂੰ ਖਤਮ ਕਰੋ ਹਾਂ ਤੇ ਉਹਨਾਂ ਬੱਚਿਆਂ ਦੀ ਮਾਂ ਨੂੰ ਮਾਰ ਕੁੱਟ ਕੇ ਅੰਦਰ ਬਿਠਾ ਦਾ ਕੀ ਲੈਣਾ ਜੇ ਮੇਰੀ ਮਾਂ ਨੂੰ ਕੁਛ ਹੋਇਆ ਨਾ ਦੇਖਿਆ ਜਾਏਗਾ ਸੰਜੀਵਨੀ ਜਿਹੜੀ ਵੀ ਹੈ ਮੈਂ ਨਹੀਂ ਡਰਦੀ ਕਿਸੇ ਸੰਜੀਵਨੀ ਕੋਲੋਂ ਹੋ ਲੈਣ ਦਿਓ ਮੇਰੀ ਮਾਂ ਨੂੰ ਕੁਛ ਫਿਰ ਮੈਂ ਦੱਸੂਗੀ ਇਹਨਾਂ ਨੂੰ ਇਹ ਥੋੜਾ ਨਾ ਪੁਲਿਸ ਵਾਲੇ ਆ ਤੇ ਤੁਸੀਂ ਕਿਸੇ ਪਰ ਆਮ ਜਿਹੜਾ ਕੋਈ ਹੈ ਉਹਨੂੰ ਹੀ ਐਡੇ ਕਰੋ ਜਿਨ੍ਹਾਂ ਨੇ ਗੁਨਾਹ ਕੀਤਾ ਨਾ ਉਹਨਾਂ ਨੂੰ ਤੁਸੀਂ ਕਰੋ ਨਾ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਉਹਨੂੰ ਵੀ ਮਾਰੋ ਕੁੱਟੋ ਕੀ ਕਹਿ ਰਹੇ ਆ ਉਹ ਕੁਛ ਨਹੀਂ ਹੁਣ ਬੋਲੇ ਤੇ ਲੈ ਜਾਓ ਅੰਦਰ ਆ ਕੇ ਲੈ ਜਾਓ ਮੈਂ ਬੋਲੇ ਨਹੀਂ ਅੰਦਰ ਆਈ ਕਹਿੰਦੇ ਲਈ ਅੱਗੇ ਲੈ ਕੇ ਜਾਣਾ ਆਪੇ ਆ ਕੇ ਬਾਹਰ ਛੱਡ ਜਿਓ ਹੁਣ ਪਹਿਲੇ ਮਾਰ ਲੈਂਦੇ ਫਿਰ ਹੁਣ ਜਿੱਲੇ ਮੈਂ ਬੋਲਨੀ ਆ ਤੇ ਹੁਣ ਕਹਿੰਦੇ ਲੈ ਜਾਓ ਦੇਖੋ ਨਾ ਉਹਨੂੰ ਗੁਨਾਹ ਕੀਤਾ ਨਾ ਰੱਖੋ ਫਿਰ ਛੱਡ ਦੇ ਕਿਉਂ ਪੇਣ ਰੱਖੋ ਉਹਨਾਂ ਨੂੰ ਨਾਮ ਕੀ ਆਪਕਾ ਪੂਜਾ ਤੋ ਤਾਂ ਕੀ ਜੋ ਮਦਰ ਹੈ ਉਸਕੋ ਹਸਪੀਟਲ ਲੈ ਕੇ ਗਏ ਤੇ ਅੱਜ ਹਾਂ ਲੈ ਕੇ ਗਏ ਇਹਨਾਂ ਨੂੰ ਮੰਮੀ ਨੂੰ ਹਸਪੀਟਲ ਕੌਣ ਲੈ ਕੇ ਗਿਆ ਇਹ ਪੁਲਿਸ ਵਾਲੇ 5-7 ਜਾਣੇ ਗਏ ਲੈ ਕੇ ਗਏ ਹਸਪੀਟਲ ਲੇਕਿਨ ਉੱਥੇ ਕੋਈ ਟ੍ਰੀਟਮੈਂਟ ਨਹੀਂ ਬਸ 10 ਮਿੰਟ ਲੰਮੇ ਪੋਇਆ ਤੇ ਲੈ ਆਏ ਬਸ ਇੱਕ ਪਰਚੀ ਬਣਾ ਦਿੱਤੀ ਲੈ ਆਏ ਉਹਨਾਂ ਨੂੰ ਉਸੇ ਤਰ੍ਹਾਂ ਦੀ ਸਾਹ ਦੀ ਪ੍ਰੋਬਲਮ ਉਦਾਂ ਹੀ ਬੋਲੇ ਚੱਲਿਓ ਉਹਨਾਂ ਕੋਲ ਜਾਇਦਾ ਇਹਨਾਂ ਨੇ ਗੱਡੀ 'ਚ ਪਾਇਆ ਮੇਰੇ ਸਾਹਮਣੇ ਉਦਾਂ ਹੀ ਲੈ ਆਏ ਮੈਂ ਬੋਲੇ ਰਹਿਣ ਦਿਓ ਮੈਂ ਆਪਣੀ ਮਾਂ ਦਾ ਚੈੱਕਅਪ ਕਰਵਾਉਣਾ ਨਹੀਂ ਨਹੀਂ ਸੰਜੀਵਨੀ ਮੈਡਮ ਨੇ ਬੋਲੇ ਅਸੀਂ ਲੈ ਕੇ ਆਏ ਸਾਡੀ ਡਿਊਟੀ ਹੈ ਅਸੀਂ ਵਾਪਸ ਲੈ ਕੇ ਜਾਣਾ ਮਰੇ ਦੇ ਬੰਦੇ ਨੂੰ ਅੱਧ ਮਰੀ ਤੁਸੀਂ ਚੁੱਕ ਲਿਆ ਇੱਥੇ ਅੰਦਰ ਮਰ ਜਾਏਗੀ ਫਿਰ ਤੁਸੀਂ ਜਵਾਬ ਦਿਓਗੇ ਹੁਣ ਕਹਿੰਦੇ ਵੀ ਆਪਣੀ ਮਾਂ ਨੂੰ ਲੈ ਜਾਓ ਕਿਉਂ ਲੈ ਜਾ ਹੁਣ ਤੁਸੀਂ ਲਾਇ ਕਰਾਂਗੇ ਭੇਜੋ ਪੂਰੀ ਚੰਗੀ ਤਰ੍ਹਾਂ ਠੀਕ